ਅੱਜ ਮੈਂ ਤੁਹਾਨੂੰ ਇੱਕ ਨਵੀਂ ਕਹਾਣੀ ਸੁਣਾਉਣ ਲੱਗੀ ਹਾਂ ਕਿਸੇ ਵੀ ਮਨੁੱਖ ਦੇ ਜੀਵਨ ਵਿੱਚ ਸਦਾ ਹੀ ਦੁੱਖ ਜਾਂ ਸੁੱਖ ਨਹੀਂ ਰਹਿੰਦਾ ਸਗੋ ਜੀਵਨ ਤਾਂ ਦੁੱਖਾਂ ਸੁੱਖਾਂ ਦੇ ਇਸ ਮੇਲ ਨਾਲ ਹੀ ਬਣਦਾ ਹੈ ਜੀਵਨ ਕਦੇ ਸੁਹਾਵਣਾ ਸਫ਼ਰ ਹੁੰਦਾ ਹੈ ਤੇ ਕਦੇ ਦੁਖਦਾਈ ਕਹਿਰ ਇੱਕ ਪਲ ਕੋਈ ਖੁਸ਼ ਹੁੰਦਾ ਹੈ ਦੂਜੇ ਪਲ ਅਦਾਸ ਕਦੇ ਔਖੀ ਘਾਟੀ ਸਹਿਜੇ ਹੀ ਫਤਿਹ ਹੋ ਜਾਂਦੀ ਹੈ ਤੇ ਕਦੇ ਸੌਖਾ ਕੰਮ ਵੀ ਔੜ ਜਾਂਦਾ ਹੈ ਜੀਵਨ ਇੱਕ ਜੰਗ ਹੈ ਕਿਸੇ ਮੁਸੀਬਤ ਵਿੱਚ ਫਸ ਜਾਓ ਤਾਂ ਘਬਰਾਓ ਨਾ ਸਗੋਂ ਜੁੰਜੂ ਹਮੇਸ਼ਾ ਯਾਦ ਰੱਖੋ ਕਿ ਕਾਲੀ ਘੂਪ ਹਨੇਰੀ ਰਾਤ ਤੋਂ ਬਾਅਦ ਆਸ ਦੀ ਨਵੀਂ ਕਿਨ ਲੈ ਕੇ ਸੂਰਜ ਵੀ ਜ਼ਰੂਰ ਚੜ੍ਹਦਾ ਹੈ ਜੋ ਕਿ ਮੁਸ਼ਕਲਾਂ ਨਾਮਕ ਹਨੇਰੇ ਨੂੰ ਪਲਾਂ ਵਿੱਚ ਉਤਸ਼ਾਹ ਤੇ ਉਮੀਦ ਵਿੱਚ ਬਦਲ ਦਿਂਦਾ ਹੈ ਜੀਵਨ ਦੀ ਜੰਗ ਜਿੱਤਣ ਲਈ ਸਭ ਤੋਂ ਜ਼ਰੂਰੀ ਹੈ ਕਿ ਹਮੇਸ਼ਾ ਆਰਾਦਾ ਦ੍ਰਿੜ ਰੱਖੀਏ ਦ੍ਰਿੜ ਰੱਖੀਏ ਭਾਵ ਕਿ ਆਰਾਦਾ ਦ੍ਰਿੜ ਰੱਖੀਏ ਭਾਵ ਜੇਕਰ ਕੋਈ ਦੁੱਖ ਜਾਂ ਮੁਸੀਬਤ ਪੈ ਜਾਵੇ ਤਾਂ ਡੋਲੀਏ ਨਾ ਵਿਸ਼ਵਾਸ ਰੱਖੀਏ ਕਿ ਜਲਦੀ ਹੀ ਇਹ ਦੁੱਖ ਟਾਲ ਜਾਏਗਾ ਖੁਸ਼ੀਆਂ ਮੁੜ ਆਉਣਗੀਆਂ ਮੁਸ਼ਕਲ ਨੂੰ ਦੁਆਰਾ ਫਰੇਮ ਕਰੋ ਜਦੋਂ ਕਦੇ ਵੀ ਕੋਈ ਮੁਸੀਬਤ ਆਉਂਦੀ ਹੈ ਤਾਂ ਸਾਡਾ ਪੂਰਾ ਧਿਆਨ ਮੁਸੀਬਤ ਵਿੱਚ ਚਲਾ ਜਾਂਦਾ ਹੈ ਆਉ ਥੋੜਾ ਜਿਹਾ ਸੁਚੇਤ ਪ੍ਰਾਰਲਾ ਕਰੀਏ ਤੇ ਆਪਣਾ ਧਿਆਨ ਮੁਸੀਬਤ ਤੋਂ ਹਟਾ ਕੇ ਮੁਸੀਬਤ ਦੇ ਹੱਲ ਵੱਲ ਲਗਾ ਦੇਈਏ ਸਿਆਣੇ ਅਤੇ ਸੂਝਵਾਨ ਇਨਸਾਨ ਹਮੇਸ਼ਾ ਹੀ ਸਲਾਹ ਲਈ ਜੇਕਰ ਤੁਹਾਨੂੰ ਕੋਈ ਅਜਿਹੀ ਮੁਸ਼ਕਲ ਆਈ ਹੈ ਜਿਸ ਦਾ ਤੁਹਾਡੇ ਕੋਲ ਜਰੂਰੀ ਹੈ ਤਾਂ ਅਸੀਂ ਆਪਣੇ ਮੁਸ਼ਕਲ ਕਿਸੂਝਵਾਨ ਵਿਅਕਤੀ ਨਾਲ ਚੰਗੀ ਕਰੋ ਕੋਈ ਨਾ ਕੋਈ ਹੱਲ ਜਰੂਰ ਮਿਲ ਜਾਏਗਾ ਉਪਰਾਲੇ ਕਰੀਏ ਅੱਥੀ ਮਿਹਨਤ ਕਰਨ ਦੀ ਆਦਤ ਪਾਈਏ ਜਿਵੇਂ ਕਿ ਜਿਵੇਂ ਮੁਸੀਬਤ ਹੋਵੇ ਉਸ ਨੂੰ ਦੂਰ ਕਰਨ ਲਈ ਹਾ ਜ਼ਰੂਰੀ ਉਪਰਾਲਾ ਕਰੀਏ ਢੇਰੀ ਨਾ ਢਾਈਏ ਅਮੀਰ ਘਟ ਅਤੇ ਕਿਰਤਵੱਦ ਜਿੰਦਗੀ ਵਿੱਚ ਕਿਸੇ ਵੀ ਮਨੁੱਖ ਜਾਂ ਵਸਤੂ ਤੋਂ ਵੀ ਜਿੰਨੀ ਘੱਟ ਰੱਖੋਗੇ ਜੀਵਨ ਉੰਨਾ ਹੀ ਸੌਖਾ ਹੋਵੇਗਾ ਕਿਰਤ ਕਰੋ ਰੱਬ ਤੇ ਯਕੀਨ ਰੱਖੋ ਅਮੀਰ ਘਟ ਤੇ ਕਿਰਤਵੱਦ ਕਰਨ ਵਾਲਾ ਇਨਸਾਨ ਜੀਵਨ ਦੀ ਹਰ ਜੰਗ ਜਿੱਤ ਲੈਂਦਾ ਹੈ ਇਸ ਲਈ ਤੁਹਾਨੂੰ ਹਮੇਸ਼ਾ ਹੀ ਆਪਣੀ ਜ਼ਿੰਦਗੀ ਵਿੱਚ ਜਿੱਤਣ ਲਈ ਹਮੇਸ਼ਾ ਹੀ ਉਮੀਦ ਰੱਖਣੀ ਚਾਹੀਦੀ ਹੈ ਹੌਸਲਾ ਰੱਖਣਾ ਚਾਹੀਦਾ ਹੈ ਅਤੇ ਵੱਧ ਤੋਂ ਵੱਧ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਮੈਂ ਤੁਹਾਨੂੰ ਇਸੇ ਤਰ੍ਹਾਂ ਦੀ ਮੋਟੀਵੇਸ਼ਨਲ ਕਹਾਣੀਆਂ ਸੁਣਾਉਂਦੀ ਰਹੂੰਗੀ ਅਤੇ ਤੁਸੀਂ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਅਤੇ ਵੱਧ ਤੋਂ ਵੱਧ ਸ਼ੇਅਰ ਕਰਨਾ ਅਤੇ ਮੈਂ ਆਸ ਕਰਦੀ ਹਾਂ ਕਿ ਤੁਸੀਂ ਬਹੁਤ ਹੀ ਮੇਰੀ ਕਹਾਣੀ ਨੂੰ ਪਸੰਦ ਕਰੋਗੇ ਕਿ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਸ਼ੇਅਰ ਕਰਨਾ ਸਤਿ ਸ੍ਰੀ ਅਕਾਲ ਸਭ ਨੂੰ